ਪੰਜਾਬ ਦੇ ਵਿੱਚ ਭ੍ਰਿਸ਼ਟ ਤੇ ਦਾਗੀ ਅਫਸਰਾਂ ਦੇ ਖਿਲਾਫ ਕਾਰਵਾਈ ਹੁਣ ਤੱਕ ਕਿਉਂ ਨਹੀਂ ਹੁੰਦੀ ਚਾਹੇ ਉਹ ਆਈਐਸ ਅਫਸਰ ਹੋਣ ਜਾਂ ਮਾਲ ਮਹਿਕਮੇ ਦੇ ਅਧਿਕਾਰੀ ਹੋਣ ਉਦੋਂ ਸਰਕਾਰ ਕਦਮ ਪਿੱਛੇ ਕਿਉਂ ਖਿੱਚ ਲੈਂਦੀ ਹੈ ਜਾਂ ਪਿੱਛੇ ਨੂੰ ਕਿਉਂ ਵਧਣਾ ਸ਼ੁਰੂ ਕਰ ਦਿੰਦੀ ਹੈ ਹਾਲਾਂਕਿ ਵਧਣਾ ਅੱਗੇ ਚਾਹੀਦਾ ਹੈ ਇਸ ਗੱਲ ਨੂੰ ਲੈ ਕੇ ਹੁਣ ਸਵਾਲ ਖੜੇ ਕੀਤੇ ਨੇ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਨੇ ਉਹਨਾਂ ਨੇ ਕਿਹਾ ਕਿ 48 ਜਿਹੜੇ ਮਾਲ ਮਹਿਕਮੇ ਦੇ ਅਧਿਕਾਰੀ ਸੀ ਜਿਸ ਦੇ ਵਿੱਚ ਤਹਿਸੀਲਦਾਰ ਨਾਇਬ ਤਹਿਸੀਲਦਾਰ ਰਜਿਸਟਰਾਰ ਉਹ ਸਾਰੇ ਕਿੱਥੇ ਨੇ ਉਨ੍ਹਾਂ ਦੇ ਖਿਲਾਫ ਕਾਰਵਾਈ ਕੀ ਇਥੇ ਇਸ ਗੱਲ ਦਾ ਸਪਸ਼ਟੀਕਰਨ ਦੇਣਾ ਚਾਹੀਦਾ ਹੈ ਮੁੱਖ ਮੰਤਰੀ ਭਗਵੰਤ ਮਾਨ ਨੂੰ ਤੇ ਉਸ ਦੀ ਸਰਕਾਰ ਨੂੰ ਹੁਣ ਤੱਕ ਨਾ ਤਾਂ ਕੋਈ ਸਰਕਾਰ ਦੇ ਵੱਲੋਂ ਇਸ ਬਾਰੇ ਕਾਰਵਾਈ ਕੀ ਕੀਤੀ ਗਈ ਹੈ ਕੀ ਨਹੀਂ ਕੀਤੀ ਗਈ ਕੋਈ ਜਵਾਬ ਨਹੀਂ ਆਇਆ ਕੀ ਹੁਣ ਸਰਕਾਰ ਝੁੱਕ ਗਈ ਹੈ ਜਿਹੜੀ ਕਿ ਭ੍ਰਿਸ਼ਟਾਚਾਰ ਦੇ ਖਿਲਾਫ ਲੜਾਈ ਵਿੱਢਣ ਦੀਆਂ ਗੱਲਾਂ ਕਰਦੀ ਹੈ ਪ੍ਰਸਾਰ ਕਰਦੀ ਹੈ ਇਸ ਨੂੰ ਡਰਾਮਾ ਕਰਾਰ ਦੇ ਦਿੱਤਾ ਹੈ ਪ੍ਰਤਾਪ ਸਿੰਘ ਬਾਜਵਾ ਨੇ ਪ੍ਰਤਾਪ ਸਿੰਘ ਬਾਜਵਾ ਸਵਾਲ ਖੜੇ ਕਿਉਂ ਕਰ ਰਹੇ ਨੇ ਸਾਰੀ ਗੱਲਬਾਤ ਤੁਹਾਡੇ ਨਾਲ ਸਾਂਝੀ ਕਰਾਂਗੇ ਉਹਨਾਂ ਨੇ ਕਿਹਾ ਕਿ ਮਾਨ 48 ਦਾਗੀ ਮਾਲ ਅਧਿਕਾਰੀਆਂ ਖਿਲਾਫ ਕਾਰਵਾਈ ਕਰਨ ਦੀ ਹਿੰਮਤ ਦਿਖਾਉਣ ਲਈ ਕਹਿ ਦਿੱਤਾ ਹੈ ਨਾਲ ਹੀ ਉਹਨਾਂ ਆਖਿਆ ਕਿ ਮੁੱਖ ਮੰਤਰੀ ਭਗਵੰਤ ਸਿੱਧੂ ਨੂੰ ਪੰਜਾਬ ਦੇ ਲੋਕਾਂ ਨੂੰ ਸਪਸ਼ਟੀ ਕਰਨ ਦੇਣਾ ਚਾਹੀਦਾ ਹੈ ਕਿ ਉਹ ਵਿਜੀਲੈਂਸ ਵਿਭਾਗ ਦੀ ਰਿਪੋਰਟ ਤੇ ਕਾਰਵਾਈ ਕਰਨ ਵਿੱਚ ਹੁਣ ਤੱਕ ਅਸਫਲ ਕਿਉਂ ਰਹੇ ਨੇ ਸਫਲਤਾ ਕਿਉਂ ਨਹੀਂ ਹਾਸਲ ਕੀਤੀ ਕਾਮਯਾਬ ਕਿਉਂ ਨਹੀਂ ਹੋ ਸਕੇ ਪੰਜਾਬ ਦੇ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਵੀ ਕਹਿੰਦੇ ਨਜ਼ਰ ਆਏ ਕਿ ਮੁੱਖ ਮੰਤਰੀ ਭਗਵੰਤ ਮਾਨ ਨੂੰ ਇਹ ਦੱਸਣ ਦੀ ਖੇਚਲ ਕਰਨੀ ਚਾਹੀਦੀ ਹੈ ਹਿੰਮਤ ਕਰਨੀ ਚਾਹੀਦੀ ਹੈ ਕਿ ਉਹ ਵਿਜੀਲੈਂਸ ਬਿਊਰੋ ਦੀ ਰਿਪੋਰਟ ਵਿੱਚ ਦਾਗੀ ਪਾਏ ਗਏ 48 ਮਾਲ ਅਧਿਕਾਰੀਆਂ ਵਿਰੁੱਧ ਠੋਕਵੀਂ ਕਾਰਵਾਈ ਕਰਨ ਵਿੱਚ ਸਫਲ ਕਿਉਂ ਰਹੇ ਇੱਥੇ ਹੀ ਕਾਂਗਰਸ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਇਹ ਵੀ ਕਹਿੰਦੇ ਨਜ਼ਰ ਆਏ ਕਿ ਲਗਭਗ 1 ਮਹੀਨਾ ਪਹਿਲਾਂ ਪੰਜਾਬ ਦੇ ਵਿਜੀਲੈਂਸ ਬਿਊਰੋ ਨੇ ਪੰਜਾਬ ਦੇ ਮੁੱਖ ਸਕੱਤਰ ਨੂੰ ਇੱਕ ਰਿਪੋਰਟ ਸੌਂਪੀ ਸੀ ਜਿਸ ਵਿੱਚ ਪ੍ਰਿਸ਼ਟ ਕੰਮਾਂ ਵਿੱਚ ਸ਼ਾਮਲ ਹੋਣ ਦੇ ਦੋ ਛੇ 28 ਤਹਿਸੀਲਦਾਰਾਂ ਨੂੰ 19 ਨਾਇਬ ਤਹਿਸੀਲਦਾਰਾਂ ਨੂੰ ਤੇ ਸੂਬੇ ਦੇ 17 ਜਣਿਆਂ ਦੇ ਇੱਕ ਸਬ ਰਜਿਸਟਰਾਰ ਸਮੇਤ 48 ਮਾਲ ਅਧਿਕਾਰੀਆਂ ਦੀ ਪਛਾਣ ਕੀਤੀ ਗਈ। ਜਾਪਦਾ ਇਹ ਹੈ ਕਿ ਰਿਪੋਰਟ ਨੂੰ ਠੰਡੇ ਬਸਤੇ ਵਿੱਚ ਪਾ ਦਿੱਤਾ ਗਿਆ। ਜਦੋਂ ਤੋਂ ਵਿਜੀਲੈਂਸ ਨੇ ਮੁੱਖ ਸਕੱਤਰ ਨੂੰ ਰਿਪੋਰਟ ਸੌਂਪੀਆ ਉਦੋਂ ਤੋਂ ਹੀ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਚੁੱਪ ਧਾਰੀ ਹੋਈ ਹੈ। ਸਰਕਾਰ ਕੁਝ ਵੀ ਨਹੀਂ ਕਹਿ ਰਹੀ, ਨਾ ਹੀ ਕੁਝ ਕੀਤਾ ਗਿਆ। ਮੁੱਖ ਮੰਤਰੀ ਨੂੰ ਇਹ ਵੀ ਕਿਹਾ ਗਿਆ, ਪੁੱਛਿਆ ਗਿਆ ਕਿ ਇਸ ਬਾਰੇ ਪੰਜਾਬ ਦੇ ਲੋਕਾਂ ਨੂੰ ਸਪਸ਼ਟੀ ਕਰਨ ਦੇਣਾ ਚਾਹੀਦਾ। ਇਹ ਵੀ ਲਾਜ਼ਮੀ ਤੌਰ ਤੇ ਦੱਸਣਾ ਚਾਹੀਦਾ ਹੈ ਲੋਕਾਂ ਦਾ ਦੇ ਕੋਲ ਸਾਹਮਣੇ ਖੁਲਾਸਾ ਕਰ ਦੇਣਾ ਚਾਹੀਦਾ ਹੈ ਕਿ ਉਸ ਰਿਪੋਰਟ ਦਾ ਬਣਿਆ ਕੀ ਅਗਲੇਰੀ ਕਾਰਵਾਈ ਕਿਉਂ ਨਹੀਂ ਕੀਤੀ ਗਈ ਕਿਹੜੀ ਮਜਬੂਰੀ ਵਿੱਚੋਂ ਕਾਰਵਾਈ ਨਹੀਂ ਕੀਤੀ ਗਈ ਕਿਉਂ ਨਹੀਂ ਕਦਮ ਅਗਲੇ ਪੁੱਟੇ ਗਏ ਕੀ ਆਪ ਸਰਕਾਰ ਕਾਰਵਾਈ ਨਾ ਕਰਕੇ ਆਪਣੇ ਕਿਸੇ ਕੈਬਨਟ ਮੰਤਰੀ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਹੀ ਹੈ ਪ੍ਰਤਾਪ ਸਿੰਘ ਬਾਜਵਾ ਇਹ ਕਹਿੰਦੇ ਆ ਹੁਣ ਇੱਥੇ ਮੰਤਰੀ ਦਾ ਨਾਮ ਕਿਉਂ ਆਉਂਦਾ ਹੈ ਮੰਤਰੀ ਬਾਰੇ ਕਿਉਂ ਇਸ਼ਾਰਾ ਕੀਤਾ ਪ੍ਰਤਾਪ ਸਿੰਘ ਬਾਜਵਾ ਨੇ ਵਿਰੋਧੀ ਧਿਰ ਦੇ ਆਗੂ ਇਹ ਵੀ ਕਹਿ ਰਹੇ ਨੇ ਕਿ ਹੁਣ ਪੰਜਾਬ ਦੇ ਰੈਵਨਿਊ ਆਫੀਸਰਸ ਐਸੋਸੀਏਸ਼ਨ ਨੇ ਪੰਜਾਬ ਦੇ ਵਿਧਾਇਕਾਂ ਤੇ ਮਾਲ ਵਿਭਾਗ ਦੇ ਅਧਿਕਾਰੀਆਂ ਨੂੰ ਬੇਵਜਾ અપਮਾਨਿਤ ਕਰਨ ਉਹਨਾਂ ਦਾ ਸਤਕਾਰ ਨਾ ਕਰਨ ਦਾ ਦੋਸ਼ ਤੱਕ ਲਗਾ ਦਿੱਤਾ ਹੈ। ਉਹਨਾਂ ਨੇ ਸੋਮਵਾਰ ਤੋਂ ਮਿੱਥੇ ਸਮੇਂ ਲਈ ਹੜਤਾਲ ਕਰਨ ਦੀ ਧਮਕੀ ਤੱਕ ਦੇ ਦਿੱਤੀ ਗਈ ਹੈ। ਪਹਿਲੀ ਵਾਰ ਨਹੀਂ ਹੋ ਰਿਹਾ ਇਸ ਤੋਂ ਪਹਿਲਾਂ ਵੀ ਪੀ.ਐਸ ਅਧਿਕਾਰੀ ਹੜਤਾਲ ਤੇ ਬਿਨਾਂ ਦੱਸੇ ਚਲੇ ਗਏ ਸਨ ਉਹ ਤੋਂ ਬਾਅਦ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਨੇ 2 ਵਜੇ ਦਾ ਸਮਾਂ ਦੇ ਦਿੱਤਾ ਸੀ ਘੁਰਕੀਵੱਟੀ ਸੀ ਜਿਸ ਤੋਂ ਬਾਅਦ ਸਾਰੇ ਅਫਸਰ ਆਪ ਆਪਣੇ ਕੰਮਾਂ ਤੇ ਚਲੇ ਗਏ। ਉਦੋਂ ਇੱਕ ਗੱਲ ਇਹ ਵੀ ਸਾਹਮਣੇ ਆਈ ਸੀ ਕਿ ਹੋ ਸਕਦਾ ਹੈ ਸਰਕਾਰ ਤੇ ਉਹਨਾਂ ਅਫਸਰਾਂ ਵਿਚਾਲੇ ਇਹ ਇੰਨੀ ਕੁ ਗੱਲ ਦੇ ਉੱਤੇ ਸਹਿਮਤੀ ਬਣ ਗਈ ਹੋਵੇ ਕਿ ਅਸੀਂ ਤੁਹਾਨੂੰ ਕੁਝ ਨਹੀਂ ਕਹਿੰਦੇ ਤੇ ਤੁਸੀਂ ਸਾਨੂੰ ਕੁਝ ਨਾ ਕਹੋ ਹੁਣ ਇਸ ਗੱਲ ਦਾ ਜਵਾਬ ਤੇ ਬਾਅਦ ਚ ਪਤਾ ਲੱਗੇਗਾ ਕਿਉਂਕਿ ਇਸਦੇ ਸਬੂਤ ਮਿਲਦੇ ਨੇ ਜਦੋਂ ਇੱਕ ਆਈਐਸ ਅਧਿਕਾਰੀ ਨੀਲਮਾ ਦੇ ਖਿਲਾਫ ਸਾਰਾ ਕੁਝ ਸਾਹਮਣੇ ਆ ਜਾਂਦਾ ਬਾਕੀਆਂ ਦੀਆਂ ਗ੍ਰਿਫਤਾਰੀਆਂ ਹੋ ਜਾਂਦੀਆਂ ਨੇ ਪਰ ਉਸ ਨੂੰ ਹੱਥ ਤੱਕ ਨਹੀਂ ਲਗਾਇਆ ਗਿਆ ਹੱਥ ਤੱਕ ਲਗਾਉਣ ਦਾ ਮਤਲਬ ਇਹ ਹੈ ਕਿ ਕਾਨੂੰਨੀ ਕਾਰਵਾਈ ਨਹੀਂ ਕੀਤੀ ਗਈ ਅਰੇਸ ਤੱਕ ਨਹੀਂ ਪਾਏ ਗਏ ਇੱਕ ਵਾਰੀ ਵੀ ਵਿਜੀਲੈਂਸ ਦੇ ਦਫ਼ਤਰ ਤੱਕ ਨਹੀਂ ਬੁਲਾਇਆ ਗਿਆ ਹਾਲਾਂਕਿ ਸਿਆਸਤਦਾਨਾਂ ਦੇ ਖਿਲਾਫ ਤਾਂ ਕਾਰਵਾਈਆਂ ਬਹੁਤ ਦੇਖਣ ਨੂੰ ਮਿਲੀਆਂ ਪਰ ਇਹਨਾਂ ਅਫਸਰਾਂ ਦੇ ਖਿਲਾਫ ਜਦੋਂ ਵਾਰੀ ਆਉਂਦੀ ਹੈ ਤਾਂ ਸਰਕਾਰ ਦਾ ਦਮ ਪਤਾ ਨਹੀਂ ਕਿਉਂ ਘਟਣ ਲੱਗਦਾ ਇਸ ਤਰ੍ਹਾਂ ਦੀਆਂ ਇਸ਼ਾਰੇ ਕੀਤੇ ਆ ਪ੍ਰਤਾਪ ਸਿੰਘ ਬਾਜਵਾ ਨੇ ਪੰਜਾਬ ਰੈਵਨਿਊ ਆਫੀਸਰਸ ਐਸੋਸੀਏਸ਼ਨ ਨੇ ਵਿਜੀਲੈਂਸ ਦੀ ਰਿਪੋਰਟ ਵਿੱਚ 48 ਮਾਲ ਅਧਿਕਾਰੀਆਂ ਨੂੰ ਪ੍ਰਿਸ਼ਟਕਰਾਰ ਦਿੱਤਾ ਸੀ ਨੂੰ ਬੇਬੁਨਿਆਦ ਕਰਾਰ ਕਰ ਦਿੱਤਾ ਹੈ ਉਹਨਾਂ ਅਫਸਰਾਂ ਨੇ ਯੂਨੀਅਨ ਨੇ ਕਿ ਵਿਜੀਲੈਂਸ ਬਿਊਰੋ ਦੇ ਡੀਜੀਪੀ ਤੇ ਸਖਤਰ ਵਿਰੋਧ ਕਾਰਵਾਈ ਕਰਨ ਦੀ ਮੰਗ ਤੱਕ ਕਰ ਦਿੱਤੀ ਹੈ ਇਸ ਦੌਰਾਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਜ਼ਿੰਮੇਵਾਰੀ ਹੈ ਕੋਈ ਸਮੁੱਦੇ ਦੇ ਉੱਤੇ ਅਸਲੀਅਤ ਨਾਲ ਜਨਤਕ ਤੌਰ ਦੇ ਉੱਤੇ ਜਾਣ ਔਰ ਪ੍ਰਤਾਪ ਸਿੰਘ ਬਾਜਵਾ ਨੇ ਵੀ ਆਖਿਆ ਕਿ ਪੰਜਾਬ ਦੀ ਜਨਤਾ ਨੂੰ ਕਲੀਅਰ ਕਰਨਾ ਚਾਹੀਦਾ ਹੈ ਇਹ ਵੀ ਕਿਹਾ ਗਿਆ ਕਿ ਆਪ ਸਰਕਾਰ ਦੇ ਭ੍ਰਿਸ਼ਟਾਚਾਰ ਪ੍ਰਤੀ ਜ਼ੀਰੋ ਸੈਂਚੀਲਤਾ ਬਾਰੇ ਵੱਡੇ ਵੱਡੇ ਦਾਅਵੇ ਪ੍ਰਚਾਰ ਤਾਂ ਕੀਤੇ ਜਾਂਦੇ ਨੇ ਪਰ ਇਸ ਤਰ੍ਹਾਂ ਲੱਗਦਾ ਹੈ ਕਿ ਡਰਾਮੇ ਤੋਂ ਇਲਾਵਾ ਹੋਰ ਕੁਝ ਵੀ ਨਹੀਂ ਹੈ ਦਰਅਸਲ ਇਹ ਸਰਕਾਰ ਭ੍ਰਿਸ਼ਟਾਚਾਰ ਤੇ ਲਗਾਮ ਲਾਉਣ ਦਾ ਇਰਾਦਾ ਨਹੀਂ ਰੱਖਦੀ ਇਸ ਨੇ ਅਜੇ ਤੱਕ ਆਪਣੀਆਂ ਆਗੂਆਂ ਵਿਧਾਇਕਾਂ ਤੇ ਕੈਬਨਟ ਮੰਤਰੀਆਂ ਉਪਰੋਂ ਕਾਰਵਾਈ ਨਹੀਂ ਕੀਤੀ ਉਹਨਾਂ ਨੇ ਨਾਮ ਧਾਗਣਾ ਦਿੱਤੇ ਉਹਨਾਂ ਨੇ ਵਿੱਚ ਹੀ ਨਾਮ ਲੈ ਦਿੱਤਾ ਮੰਤਰੀ ਲਾਲਚੰਦ ਘਟਾਰੂ ਚੱਕ ਦਾ ਲੈ ਦਿੱਤਾ ਸਾਬਕਾ ਮੰਤਰੀ ਫੌਜਾ ਸਿੰਘ ਸਰਾਰੀ ਦਾ ਸਾਬਕਾ ਮੰਤਰੀ ਵਿਜੇ ਸਿੰਘਲਾ ਦਾ ਅਮਿਤ ਰਤਨ ਕੋਟਫੱਤਾ ਦਾ ਸਰਵਜੀਤ ਕੌਰ ਮਾਨੋਕੇ ਦਾ ਸੁਰਿੰਦਰ ਕੰਬੋਜ ਜਿਹੜਾ ਕਿ ਜਲਾਲਾਬਾਦ ਤੋਂ ਵਿਧਾਇਕ ਗੋਲਦੀ ਕੰਬੋਜ ਦੇ ਪਿਤਾ ਨੇ ਇਹਨਾਂ ਦੇ ਸਾਰਿਆਂ ਦੇ ਨਾਮ ਉਦੋਂ ਲੈ ਦਿੰਦੇ ਨੇ ਕਾਂਗਰਸ ਦੇ ਆਗੂ ਜਦੋਂ ਵੀ ਕੋਈ ਭ੍ਰਿਸ਼ਟਾਚਾਰ ਨਾਲ ਸੰਬੰਧਿਤ ਗੱਲ ਚੱਲਦੀ ਹੈ ਸਭ ਤੋਂ ਵੱਡੀ ਗੱਲ ਉਹ ਸਭ ਨੂੰ ਯਾਦ ਹੋਵੇਗਾ ਉਹਨਾਂ 48 ਅਫਸਰਾਂ ਦੀ ਗੱਲ ਹੋ ਰਹੀ ਹੈ ਮਾਲ ਵਿਭਾਗ ਦੇ ਜਿਸ ਦੇ ਵਿੱਚ ਤਹਿਸੀਲਦਾਰ ਤੇ ਨਾਇਬ ਤਹਿਸੀਲਦਾਰ ਵੱਡੀ ਗਿਣਤੀ ਚ ਨੇ ਜਿਨ੍ਹਾਂ ਨੇ ਨੂੰ ਦਾਗੀ ਕਰਾਰ ਦਿੱਤਾ ਗਿਆ ਸੀ ਵਿਜੀਲੈਂਸ ਬਿਊਰੋ ਵੱਲੋਂ ਇੱਕ ਰਿਪੋਰਟ ਪੇਸ਼ ਕਰ ਦਿੱਤੀ ਗਈ ਸੀ ਮੁੱਖ ਸਕੱਤਰ ਵੱਲੋਂ ਕਿ ਇਹਨਾਂ ਦੇ ਖਿਲਾਫ ਕਾਰਵਾਈ ਕਰਨ ਦੇ ਲਈ ਕੋਈ ਅਗਲੀ ਵਿਉਂਤ ਬਣਾਈ ਜਾਵੇ ਅਗਲੇਰੀ ਕਾਰਵਾਈ ਕੀਤੀ ਜਾਵੇ ਪਰ ਵਾਲੇ ਤਾਂ ਕਾਰਵਾਈ ਨਹੀਂ ਹੋਈ ਜਿਸ ਕਰਕੇ ਹੁਣ ਇੱਕ ਪਾਸੇ ਮਾਲ ਵਿਭਾਗ ਦੇ ਅਧਿਕਾਰੀ ਅੜਤਾਲ ਤੇ ਜਾ ਰਹੇ ਨੇ ਕਿਉਂਕਿ ਰੂਪਨਗਰ ਦੇ ਵਿੱਚ ਵਿਧਾਇਕ ਦਿਨੇਸ਼ ਚੱਡਾ ਨੇ ਇੱਕ ਰੇਡ ਮਾਰੀ ਸੀ ਉਸ ਦੇ ਰੋਸ ਦੇ ਵਿੱਚ ਕਿਸਾਨ ਨੂੰ ਜਲੀਲ ਕੀਤਾ ਜਾਂਦਾ ਸਾਡੇ ਤੇ ਬੇਪਰੋਸਗੀ ਜਿਤਾਈ ਜਾਂਦੀ ਹੈ ਪਰ ਵਿਧਾਇਕ ਦਾ ਇਹ ਕਹਿਣਾ ਹੈ ਕੁਝ ਲੋਕ ਉਸ ਤੇ ਹਲਕੇ ਦੇ ਵਿਧਾਇਕ ਦੇ ਹੱਕ ਵਿੱਚ ਵੀ ਬੋਲਣਾ ਸ਼ੁਰੂ ਕਰ ਚੁੱਕੇ ਨੇ ਕਿ ਵਿਧਾਇਕ ਨੇ ਕੁਝ ਵੀ ਗਲਤ ਨਹੀਂ ਕੀਤਾ ਪਰ ਦੂਜੇ ਪਾਸੇ ਅਫਸਰਾਂ ਦਾ ਕਹਿਣਾ ਹੈ ਕਿ ਇਸ ਤਰ੍ਹਾਂ ਵਿਧਾਇਕਾਂ ਕੋਲ ਕੋਈ ਹੱਕ ਨਹੀਂ ਜਾਂ ਤਾਂ ਨਾਲ ਡੀਸੀ ਸਾਹਿਬ ਜਾਂ ਐਸਡੀਐਮ ਨੂੰ ਲੈ ਕੇ ਆਉਂਦੇ ਜੋ ਵੀ ਪੁੱਛਣਾ ਦੱਸਦੇ ਫਾਈਲਾਂ ਅਸੀਂ ਦਿਖਾਈਆਂ ਵੀ ਨਹੀਂ ਪਰ ਫਿਰ ਵੀ ਸਾਨੂੰ ਜਲੀਲ ਕੀਤਾ ਜਾਂਦਾ ਇਥੋਂ ਤੱਕ ਇੱਕ ਜਿਹੜੀ ਚਿੱਠੀ ਲਿਖੀ ਗਈ ਸੀ ਮੁੱਖ ਮੰਤਰੀ ਨੂੰ ਉਸ ਦੇ ਵਿੱਚ ਤਾਂ ਅਫਸਰਾਂ ਨੇ ਇਹ ਵੀ ਲਿਖ ਦਿੱਤਾ ਸੀ ਕਿ ਆਮ ਆਦਮੀ ਪਾਰਟੀ ਦੇ ਔਰ ਵਿਧਾਇਕ ਔਰ ਖਾਸ ਕਰਕੇ ਵਰਕਰੋ ਜਦੋਂ ਵੀ ਆਉਂਦੇ ਨੇ ਤਹਿਸੀਲ ਦੇ ਵਿੱਚ ਆਪਣਾ ਕੰਮ ਕਰਨ ਦੀਆਂ ਸਵਾਰਥਾਂ ਦਿੰਦੇ ਨੇ ਜਦੋਂ ਨਾ ਕਰ ਦਿੱਤੀ ਜਾਂਦੀ ਹੈ ਤੇ ਬਦਲੀ ਕਰਨ ਦੀਆਂ ਧਮਕੀਆਂ ਤੱਕ ਦੇ ਦਿੱਤੀਆਂ ਜਾਂਦੀਆਂ ਨੇ ਇਹ ਸਾਰਾ ਕੁਝ ਰਿਕਾਰਡ ਦਾ ਹਿੱਸਾ ਹੈ ਹੁਣ ਦੇਖਦੇ ਹਾਂ ਕਿ ਜਿਹੜੀ ਹੜਤਾਲ ਤੇ ਗਏ ਅਧਿਕਾਰੀ ਨੇ ਉਹ ਕਿੰਨੀ ਸਰਕਾਰ ਲਈ ਸਿਰਦਰਦੀ ਬਣਦੇ ਨੇ ਜਾਂ ਫਿਰ ਮਾਨ ਸਰਕਾਰ ਨਹੀਂ ਝੁਕੇਗੀ ਉਹ ਕੋਈ ਮਰਜ਼ੀ ਹੋਵੇ ਉਹ ਚਾਹ ਕੋਈ ਆਈਪੀਐਸ ਹੈ ਆਈਐਸ ਹੈ ਫੀਸ ਅਧਿਕਾਰੀ ਹੈ ਮਾਲ ਅਧਿਕਾਰੀ ਕੋਈ ਹੋਵੇ ਸਾਰਿਆਂ ਦੇ ਖਿਲਾਫ ਕਾਰਵਾਈ ਹੋਵੇ ਕਿ ਜਿਹੜੇ ਦਾਗੀ ਨੇ ਜਿਹੜੇ ਭ੍ਰਿਸ਼ਟ ਨੇ ਪਰ ਪ੍ਰਤਾਪ ਸਿੰਘ ਬਾਜਵਾ ਨੇ ਵੀ ਇਹੀ ਸਵਾਲ ਕੀਤਾ ਕਿ ਉਹਨਾਂ ਦੇ ਖਿਲਾਫ ਜੇ ਕਾਰਵਾਈ ਕੀਤੀ ਹੈ ਤਾਂ ਕਿੱਥੇ ਹੈ ਜੇ ਨਹੀਂ ਕੀਤੀ ਤੇ ਕਿਸ ਦੇ ਦਬਾਅ ਥੱਲੇ ਨਹੀਂ ਕੀਤੀ ਗਈ ਇਹਨਾਂ ਸਵਾਲਾਂ ਦੇ ਜਵਾਬ ਹੁਣ ਸਰਕਾਰ ਜਾਂ ਮੁੱਖ ਮੰਤਰੀ ਖੁਦ ਦੇਣਗੇ ਸਵਾਲ ਦਾ ਜਵਾਬ ਕਦੋਂ ਦਿੰਦੇ ਨੇ ਇਸ ਗੱਲ ਦੀ ਉਡੀਕ ਰਹੇਗੀ ਜਦ ਤੱਕ ਕੋਈ ਇਸ ਬਾਰੇ ਕੋਈ ਨਵਾਂ ਅਪਡੇਟ ਆਉਂਦਾ ਤਦ ਤੱਕ ਤੁਸੀਂ ਬਣੇ ਰਹੋ এবੀਸੀ ਪੰਜਾਬ ਦੇ